ਸਤਿ ਸ਼੍ਰੀ ਅਕਾਲ ਜੀ, ਵੈਲਕਮ ਆ ਜੀ ਤੁਹਾਡਾ ਆਪਣੇ ਚੈਨਲ ਬੀ ਸਟਾਈਲਿਸ਼ 'ਤੇ। ਅਤੇ ਅੱਜ ਆਪਾਂ ਫਿਰ ਤੁਹਾਡੇ ਨਾਲ ਡਿਫਰੈਂਟ ਸਟਾਈਲ ਦੇ ਜਿਹੜੇ ਸੂਟ ਆ ਲੈ ਕੇ ਆਏ ਹੈਗੇ ਹਾਂ। ਸੋ ਆਪਣਾ ਔਰਡਰ ਦਾ ਪ੍ਰੋਸੀਜਰ ਸੇਮ ਹੈ ਜੀ, ਤੁਸੀਂ ਜਿਵੇਂ ਕਿ ਕੋਈ ਵੀ ਸੂਟ ਪਸੰਦ ਆਉਂਦਾ ਤੁਸੀਂ ਉਹਦਾ ਸਕਰੀਨਸ਼ਾਟ ਭੇਜ ਕੇ ਆਪਾਂ ਨੂੰ ਪ੍ਰਾਈਜ਼ ਜਾਣ ਸਕਦੇ ਹੋ, ਦੈਨ ਆਪਣਾ ਔਰਡਰ ਆ ਜਿਹੜਾ ਫਾਈਨਲ ਕਰ ਸਕਦੇ ਹੋ। ਜਿਵੇਂ ਕਿ ਇਹ ਹੈਗਾ ਜੀ, ਕਰੇਪ ਦੇ ਉੱਪਰ ਹੈ, ਬਹੁਤ ਹੀ ਮਸ਼ੀਨ ਐਮਬਰਾਇਡਰੀ 'ਚ ਬਣਿਆ ਹੋਇਆ, ਡਿਫਰੈਂਟ ਸਟਾਈਲ ਹੈ। ਇਹ ਦੇਖੋ ਬਹੁਤ ਹੀ ਪਿਆਰਾ ਜਿਹਾ ਸ਼ੇਡ ਆ, ਇਹ ਜੋ ਤੁਹਾਨੂੰ ਹੁਣ ਦੇਖ ਰਿਹਾ ਹੈਗਾ ਇਹੀ ਕਲਰ ਹੈਗਾ ਜੀ ਇਹ, ਔਰ ਇਹਦੇ ਉੱਪਰ ਆਪਾਂ ਮਸ਼ੀਨ ਐਮਬਰਾਇਡਰੀ ਕੀਤੀ ਹੋਈ ਹੈ। ਸੋ ਉੱਪਰ ਤੱਕ ਸ਼ੇਡਿਡ ਐਮਬਰਾਇਡਰੀ ਹੈ, ਇਸ ਤਰ੍ਹਾਂ ਗਲੇ ਦੇ ਵਿੱਚ ਬਣਿਆ ਹੋਇਆ, 2445 ਦੇ ਵਿੱਚ ਇਹ ਬਣਿਆ ਹੋਇਆ ਜੀ। ਤੁਸੀਂ ਐਜ਼ ਇਟ ਇਜ਼ ਇਹਨੂੰ ਲਾਈਟ ਲਾਈਟ ਸ਼ੇਡ ਦੇ ਵਿੱਚ ਦੁਪੱਟਾ ਕਰ ਸਕਦੇ ਹੋ, ਦੁਪੱਟਾ ਤੁਸੀਂ ਆਪਣੀ ਚੋਇਸ ਦਾ ਕਰ ਸਕਦੇ ਹੋ। ਸੋ ਇਹ ਸੂਟ ਆਪਣੇ ਔਰਡਰ ਦੇ ਵਿੱਚ ਹੈ ਜਿਹੜਾ, ਬੁੱਕ ਕਰਵਾ ਸਕਦੇ ਹੋ। ਔਰ ਨੈਕਸਟ ਸੂਟ ਹੈਗਾ ਜੀ ਜੋਰਜਟ ਦੇ ਉੱਪਰ, ਸੋ ਇਹ ਵੀ ਬਹੁਤ ਹੀ ਪਿਆਰਾ, ਜਿਵੇਂ ਕਿ ਹੁਣ ਟ੍ਰੈਂਡ ਦੇ ਵਿੱਚ ਹੈ ਕਿ ਆਪਾਂ ਮਸ਼ੀਨ ਐਮਬਰਾਇਡਰੀ ਦੇ ਵਿੱਚ ਹੈ ਜਿਹੜਾ ਹੈਂਡ ਦਾ ਜ਼ਰੂਰ ਟੱਚ ਦਿੰਦੇ ਹਾਂ, ਸੋ ਉਹਦੇ ਨਾਲ ਇੱਕ ਪਾਰਟੀ ਵੀਅਰ ਲੁੱਕ ਆ ਜਾਂਦੀ ਹੈ, ਔਰ ਬਹੁਤ ਹੀ ਪਿਆਰਾ ਲੱਗਦਾ ਹੈਗਾ ਜਿਸ ਤਰ੍ਹਾਂ ਤੁਸੀਂ ਉਹਨੂੰ ਫਿਨਿਸ਼ਿੰਗ ਆ ਜਿਹੜੀ ਹੈਂਡ ਦੇ ਦਿੰਦੇ ਹੋ, ਸੋ ਉਹਦੇ ਨਾਲ ਇੱਕ ਉੱਭਰ ਕੇ ਡਿਜ਼ਾਇਨ ਆ ਜਾਂਦਾ, ਤੁਸੀਂ ਇਹ ਦੇਖ ਸਕਦੇ ਹੋ। ਇਸ ਤਰ੍ਹਾਂ ਆਪਾਂ ਸਾਰੇ ਦੇ ਵਿੱਚ ਜਿਹੜਾ ਇਹਦੇ ਸਿੱਪੀ ਇਨਹੈਂਸ ਕੀਤੀ ਹੋਈ ਹੈ, ਸੋ ਇਹਦੇ ਨਾਲ ਆਪਾਂ ਜਿਹੜੇ ਸਾਈਜ਼ 'ਤੇ ਮੋਤੀ ਦੀਆਂ ਵੇਲਸ ਪਾਈਆਂ ਸਿੱਪੀ ਦਾ, ਇਹਦੇ ਵਿੱਚ ਕਾਫੀ ਕੰਮ ਜਿਹੜਾ ਹੈਂਡ ਦਾ ਹੋਇਆ ਹੋਇਆ, ਕਿਉਂਕਿ ਕਈ ਜਿਹੜੇ ਕਸਟਮਰ ਹੁੰਦੇ ਆ ਫਿਰ ਤੁਸੀਂ ਕਹਿੰਦੇ ਹੋ ਕਿ ਤੁਸੀਂ ਜਿਹੜਾ ਪ੍ਰਾਈਜ਼ ਹੈ ਜੀ ਇਸ ਤਰ੍ਹਾਂ ਹੈਗਾ। ਸੋ ਇਹ ਜੋਰਜਟ ਦਾ ਸਟੱਫ ਹੈ ਜੀ, ਇਸ ਤਰ੍ਹਾਂ ਇਹਦੇ ਸੈਂਟਰ ਦੇ ਵਿੱਚ ਪੂਰੀ ਫੁੱਲ ਵੇਲ ਬਣੀ ਹੋਈ ਹੈ। ਸੋ ਤੁਸੀਂ ਜਿਹੜਾ ਇਹ ਦੁਪੱਟਾ, ਅਗਰ ਤੁਸੀਂ ਇਹਦਾ ਹੈਵੀ ਕਰਨਾ ਤਾਂ ਆਪਾਂ ਸੈਂਟਰ ਦੇ ਵਿੱਚ ਦੁਪੱਟਾ ਪੂਰੀ ਵੇਲ ਬਣਾ ਸਕਦੇ ਹਾਂ ਜਾਂ ਸਿੰਗਲ ਫਲਾਰ ਲੈ ਸਕਦੇ ਹਾਂ। ਸੋ ਇਸ ਤਰ੍ਹਾਂ ਇਹ ਜ਼ਿਆਦਾਤਰ ਹੈਂਡ ਦਾ ਕੰਮ ਹੈ ਜੀ, ਔਰ ਵਿੱਚ ਮਸ਼ੀਨ ਐਮਬਰਾਇਡਰੀ ਹੈ। ਸੋ ਇਹਦੇ ਨਾਲ ਬਹੁਤ ਹੀ ਪਿਆਰੀ ਇੱਕ ਲੁੱਕ ਆ ਜਾਂਦੀ ਹੈ, ਬਹੁਤ ਹੀ ਸੋਬਰ ਜਿਹੇ, ਜਿਵੇਂ ਅਸੀਂ ਸ਼ੇਡ ਹੈ ਜਿਵੇਂ ਸਾਡੀ ਚੋਇਸ ਹੈਗੀ ਅਸੀਂ ਉਸ ਤਰ੍ਹਾਂ ਹੀ ਦਿੰਦੇ ਹਾਂ। ਸੋ ਇਹਦੇ ਨਾਲ ਇੱਕ ਡਿਫਰੈਂਟ ਜਿਹਾ ਕੰਸੈਪਟ ਹੈ ਜੀ ਇਹ। ਸੋ ਇਹਦੀ ਬਾਜੂ ਜਿਹੜੀ ਹੈਗੀ ਹੈ ਜੀ, ਇਸ ਤਰ੍ਹਾਂ ਬਾਜੂ ਦਾ ਬਹੁਤ ਹੀ ਪਿਆਰਾ ਜਿਹਾ ਬਣਿਆ ਹੋਇਆ, ਅਗਰ ਤੁਸੀਂ ਹੈਂਡ ਤੋਂ ਬਿਨਾਂ ਇਹਨੂੰ ਬਣਾਉਣਾ ਚਾਹੁੰਦੇ ਹੋ ਸੋ ਉਹ ਵੀ ਬਣ ਜਾਏਗਾ। ਸੋ ਨੈਕਸਟ ਸੂਟ ਹੈਗਾ ਜੀ ਆਪਾਂ ਕੋਟਨ ਦੇ ਵਿੱਚ, ਜਿਵੇਂ ਕਿ ਸਾਰੇ ਆਪਣੇ ਤੋਂ ਕੋਟਨ ਦਾ ਕਾਫੀ ਪਿਛਲੇ 2 ਵੀਕਸ ਆਪਣੇ ਕੋਲ ਕੋਟਨ ਦਾ ਹੀ ਸਾਰਿਆਂ ਦਾ ਰਿਹਾ ਹੈਗਾ, ਔਰ ਇਹ ਹੈਗੀ ਹੈ ਜੀ ਔਰਗੈਨਿਕ ਕੋਟਨ ਹੈ, ਬਹੁਤ ਹੀ ਪਿਆਰਾ ਇਹਦਾ ਸ਼ੇਡ ਹੈ, ਇਹ ਸ਼ਰਟ ਬਣੂਗੀ, ਇਹ ਦੇਖ ਸਕਦੇ ਹੋ ਤੁਸੀਂ ਬਹੁਤ ਹੀ ਪਿਆਰਾ ਸ਼ੇਡ ਹੈ ਇਹਦਾ, ਔਰ ਇਹਦੀ ਜਿਹੜੀ ਬੋਟਮ ਹੈਗੀ ਆ ਉਹ ਇਸ ਤਰ੍ਹਾਂ ਜੀ, ਬੋਟਮ ਦੇ ਵਿੱਚ ਹਲਕਾ ਸੈਲਫ ਹੈ ਜੀ, ਅਗਰ ਤੁਹਾਨੂੰ ਦਿਖਦਾ ਹੋਊਗਾ ਤਾਂ ਹਲਕਾ ਜਿਹਾ ਸੈਲਫ ਹੈ, ਔਰ ਇਹਦੇ ਜਿਹੜੇ ਬੋਟਮ 'ਤੇ ਪਹੁੰਚੇ 'ਤੇ ਅਸੀਂ ਵਰਕ ਕੀਤਾ ਹੋਇਆ। ਸੋ ਇਹ ਵੀ ਆਪਣੇ ਕੋਲ ਰੈਡੀ ਹੈ, ਜਿਵੇਂ ਹੀ ਆਪਣੇ ਕੋਲ ਕੋਈ ਵੀ ਸੂਟ ਰੈਡੀ ਆਉਂਦਾ ਜੀ ਆਪਾਂ ਦਿਖਾਉਂਦੇ ਹਾਂ, ਸੋ ਉਹ ਜਿਹੜਾ ਨਾਲ ਦੀ ਨਾਲ ਹੀ ਚਲਾ ਜਾਂਦਾ। ਸੋ ਇਹ ਦੁਬਾਰਾ ਪ੍ਰਿੰਟਿੰਗ ਜਿਹੜੀ ਮਿਲਣੀ ਹੈ ਸੇਮ ਮੁਸ਼ਕਿਲ ਹੋ ਜਾਂਦੀ ਹੈ ਜੀ, ਔਰ ਇਹ ਦੇਖੋ ਇਹ ਇਸ ਤਰ੍ਹਾਂ ਇਹਦੇ ਵਿੱਚ ਅਸੀਂ ਮਜ਼ੰਟਾ ਸ਼ੇਡ ਹੈ, ਕਿਉਂਕਿ ਸੂਟ ਤਾਂ ਆਲਰੇਡੀ ਹੈ ਜਿਹੜਾ ਡਲ ਸੀਗਾ, ਤਾਂ ਉਹਦੇ ਉੱਪਰ ਆਪਾਂ ਜਿਹੜਾ ਇਸ ਤਰ੍ਹਾਂ ਬੋਟਮ 'ਤੇ ਥੋੜ੍ਹਾ ਡਾਰਕ ਵਰਕ ਕੀਤਾ, ਸੋ ਇਹ ਬਹੁਤ ਹੀ ਹੈਵੀ ਬੋਟਮ ਲੁੱਕ ਆਊਗੀ ਇਹਦੀ ਇਸ ਤਰ੍ਹਾਂ। ਸੋ ਇਹ ਬਹੁਤ ਹੀ ਪਿਆਰਾ ਫੈਬਰਿਕ ਹੈ ਜੀ, ਔਰਗੈਨਿਕ ਕੋਟਨ ਹੈ,
ਸੋ ਆਪਣੇ ਕੋਲ ਕਾਫੀ ਜਿਵੇਂ ਕਸਟਮਰ ਪੁੱਛਦੇ ਸੀ ਕਿ ਤੁਸੀਂ ਔਰਗੈਨਿਕ ਕਾਟਨ ਦੇ, ਕਿਉਂਕਿ ਇਸ ਤਰ੍ਹਾਂ ਦੇ ਕੁਝ ਸਿਲੈਕਟਡ ਜੇ ਪੀਸਿਸ ਹੀ ਆਉਂਦੇ ਆ, ਕੁਝ ਅਸੀਂ ਆਲਰੇਡੀ ਲਗਾ ਦਿੰਦੇ ਹਾਂ, ਕਈਆਂ ਦੀ ਅਸੀਂ ਵੀਡੀਓ ਵੀ ਨਹੀਂ ਬਣਾਉਂਦੇ ਕਿਉਂਕਿ ਸਾਡੇ ਕੋਲ ਫਿਰ ਸੇਮ ਉਸ ਤਰ੍ਹਾਂ ਦਾ ਨਹੀਂ ਆਉਂਦਾ ਹੈਗਾ। ਸੋ ਮੈਂ ਉਹਨਾਂ ਲਈ ਔਰਗੈਨਿਕ ਕਾਟਨ ਹੈ ਜੀ ਇਹ ਬਿਲਕੁਲ। ਅਗਰ ਤੁਸੀਂ ਸਾਡੇ 'ਤੇ ਚੋਇਸ ਕਲਰ ਚੋਇਸ ਦੇ ਅਕੋਰਡਿੰਗ ਸੋਬਰ ਹੈ ਜਾਂ ਥੋੜ੍ਹਾ ਜਿਹਾ ਤੁਸੀਂ ਪਿੱਕੀ ਕਲਰ ਲੈਣਾ ਹੈਗਾ, ਜਿਵੇਂ ਕਿ ਥੋੜ੍ਹਾ ਜਿਹਾ ਜਿਹੜਾ ਕਲਰ ਬ੍ਰਾਈਟ ਲੈਣਾ ਹੈਗਾ, ਸੋ ਉਸ ਤਰ੍ਹਾਂ ਤੁਸੀਂ ਕਹਿ ਸਕਦੇ ਹੋ। ਸੋ ਇਹ ਜਿਵੇਂ ਇਸ ਤਰ੍ਹਾਂ ਇਹ ਪੌਂਚੇ 'ਤੇ ਆਜੂਗਾ ਜੀ, ਔਰ ਇਹਦੇ ਵਿੱਚ ਮਜੰਟਾ ਕਲਰ ਹੈ ਜਿਹੜਾ ਬਹੁਤ ਹੀ ਪਿਆਰਾ, ਜਿਸ ਤਰ੍ਹਾਂ ਦਾ ਮਜੰਟਾ ਸ਼ੇਡ ਇਸ ਤਰ੍ਹਾਂ। ਜਦੋਂ ਤੁਸੀਂ ਇਹਦੀ ਫਿਨਿਸ਼ਿੰਗ ਕਰਾਉਂਗੇ, ਇਹਦੇ ਵਿੱਚ ਆਪਾਂ ਮਜੰਟਾ ਲੇਸਿਸ ਦੇ ਕੇ ਪਿੰਟੈਕਸ ਕਰਾਂਗੇ, ਅਤੇ ਇਹ ਇੱਕ ਬਹੁਤ ਹੀ ਡਿਫਰੈਂਟ ਜਿਹਾ ਤਰ੍ਹਾਂ ਦਾ